ਆਉਂਦੀ ਨਹੀਂ ਸੀ ਸਾਡੇ ਦਿਮਾਗ 'ਚ ਵਧੀਆ ਗੱਲਾਂ ਚੱਲ ਰਹੀਆਂ ਆ ਲਓ ਕੰਮ ਦੀ ਚੀਜ਼ ਕਹਿੰਦਾ ਲਵ ਮਾਈ ਪ੍ਰੇਜ਼ਸ ਕੈਪਟਨ ਕਹਿੰਦਾ ਇੱਕ ਦੂਜੇ ਨੂੰ ਕਹਿ ਰਿਹਾ ਸਨ ਜਾਂ ਉਹ ਕਹਿ ਰਿਹਾ ਸਨ ਜਾਂ ਸਨ ਮੈਂ ਤਾਂ ਵਿਦ ਪ੍ਰੂਫ ਗੱਲ ਕਰਨੀ ਹੈ ਇਹ ਠੋਕੋ ਤਾਲੀ ਤਾਂ ਪਤਾ ਨਹੀਂ ਕਿੱਧਰ ਫਿਸਲ ਜਾਣੀ ਹੈ ਇਹ 17 ਤਰੀਕ ਜਿਹੜਾ 2017 'ਚ ਉਹ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਦੀ ਇਹ ਵੀਡੀਓ ਹੈ ਇਹ ਪ੍ਰੈਸ ਕਾਨਫਰੰਸ ਐਡਰੈਸ ਕਰ ਰਹੇ ਸੀ 10 ਸੈਕਟਰ ਆਪਦੀ ਕੋਠੀ ਇਨਵੈਸਟੀਗੇਸ਼ਨ ਨੂੰ ਟੋਰਪੀਡੋ ਕਰ ਰਹੀਆਂ ਨੇ ਕੋਈ ਆਪਣੀ ਲੋਕਾਂ ਦੀ ਮੰਗ ਕੀ ਹੈ ਸੱਚਾਈ ਸਾਹਮਣੇ ਆਵੇ ਇਹੀ ਮੰਗ ਹੈ ਨਾ ਇਹ ਤਾਂ ਨਹੀਂ ਮੰਗ ਕਿ ਜੋ ਤੈਨੂੰ ਨਹੀਂ ਚੰਗਾ ਲੱਗਦਾ ਉਹਨੂੰ ਟੰਗ ਦੇ ਜਾਂ ਫਲਾਣੇ ਨੂੰ ਟੰਗ ਦੇ ਇਸ ਲਈ ਤਾਂ ਫੇਲ ਹੋ ਰਿਹਾ ਕੇਸ ਅੱਜ ਸਾਡੀ ਇੱਕੋ ਮੰਗ ਹੈ ਕਿ ਸੱਚਾਈ ਸਾਹਮਣੇ ਆਵੇ ਸੱਚਾਈ ਜਿਨ੍ਹਾਂ ਨੇ ਲਿਆਉਣੀ ਸੀ ਉਹ ਤਾਂ ਸਿਆਸਤ ਕਰਨ ਲੱਗ ਪਏ ਦੇਖੋ ਮੈਂ ਦੱਸਦਾ ਮੈਂ ਡਿਮਾਂਡ ਆਲਰੇਡੀ ਕਰਤੀ ਹਾਂ ਕਿ ਜਦ ਸਰਕਾਰਾਂ ਇਨਵੋਲਵਡ ਹੋਣ ਸਾਡੀ ਪਹਿਲੀ ਡਿਮਾਂਡ ਹੈ ਕਿ ਸਟੇਟ ਗਵਰਨਮੈਂਟ ਸਾਹਮਣੇ ਆਵੇ ਜੇ ਨਹੀਂ ਆਉਂਦੀ ਰਲੀ ਮਿਲੀ ਭੁਗਤ ਸਾਬਿਤ ਫਿਰ ਅਸੀਂ ਆਪਦੇ ਲੀਗਲ ਆਪਸ਼ਨਸ ਐਕਸਪਲੋਰ ਕਰਾਂਗੇ ਕਿਉਂਕਿ ਇਹ ਅੱਜ ਦੀ ਡਿਵੈਲਪਮੈਂਟ ਹੈ ਪਾਰਟੀ 'ਚ ਬਹਿ ਕੇ ਵਕੀਲ ਸਾਹਿਬਾਨਾਂ ਨਾਲ ਡਿਸਕਸ ਕਰਕੇ ਕਿਉਂਕਿ ਸਾਡੇ ਕਹੇ 'ਤੇ ਤਾਂ ਉਹਨੇ ਕਰਾਰ ਨਹੀਂ ਲੈਣਾ ਦੇਖੋ ਇੱਕ ਮਿੰਟ ਮੈਂ ਨਹੀਂ ਕਿਹਾ ਜੀ ਇਹ ਉਹ ਯਾਰ ਬੇਨਤੀ ਦੱਸੋ ਮੈਂ ਤਾਂ ਉਹਦੀ ਗੱਲ ਦਾ ਨਿਚੋੜ ਕੱਢਿਆ ਕਿਸੇ ਪੱਤਰਕਾਰ ਨੇ ਪੁੱਛਿਆ ਜਾਂ ਕੀ ਮੈਨੂੰ ਪਤਾ ਲੱਗਿਆ ਕਹਿੰਦੇ ਜੀ ਅਸੀਂ ਸਿੱਖ ਫੇਸ ਦੇਵਾਂਗੇ ਮੰਥਨ ਕਰ ਰਹੇ ਹਾਂ ਅਤੇ ਮਤਲਬ ਕਿ ਕੇਜਰੀ ਆਪਣਾ ਉਹ ਭਗਵੰਤ ਮਾਨ ਉਹਨੂੰ ਸਿੱਖ ਫੇਸ ਨਹੀਂ ਦਿਖਦਾ ਇਹਦਾ ਇਹੀ ਮਤਲਬ ਹੈ ਉਹ ਵਿਚਾਰਾ 4.5 ਸਾਲ ਦਾ ਜੁੱਤੀ ਦੀ ਕਸਾਈ ਕਰ ਰਿਹਾ ਪਹਿਲਾਂ ਕਰਤੀ ਤੇ ਉਹਨੂੰ ਨਹੀਂ ਲੱਗਾ ਫਿਰ ਇੱਧਰਲੇ ਪਾਸੇ ਯਾਰ ਗੱਲ ਤਾਂ ਸੁਣ ਲਓ ਜਾਂ ਤਾਂ ਤੁਸੀਂ ਸਵਾਲ ਕਰ ਲਓ ਨਹੀਂ ਤਾਂ ਤੁਸੀਂ ਜਵਾਬ ਦੇ ਦਿਓ ਮੈਂ ਚੁੱਪ ਕਰ ਜਾਂਦਾ ਮੈਂ ਤਾਂ ਮੇਰੀ ਬੇਨਤੀ ਹੈ ਸੁਣਿਆ ਜੀ ਫਿਰ ਨਾ ਲੈ ਦਿੰਦੇ ਕੰਮ ਮੁੱਕ ਜਾਂਦਾ ਮੈਂ ਭਗਵੰਤ ਮਾਨ ਨੂੰ ਵਧਾਈ ਦੇ ਦਿੰਦਾ ਕਿ ਤੇਰੀ ਬਣ ਗਈ ਗੱਲ ਮਗਰ ਅੱਜ ਉਹਦਾ ਨਾਂ ਨਾ ਲੈਣਾ ਹਰਪਾਲ ਚੀਮੇ ਦਾ ਨਾਂ ਨਹੀਂ ਲੈਣਾ ਇੱਕ ਦਲਿਤ ਨੂੰ ਵੀ ਔਰ ਇੱਕ ਜਿਹੜਾ ਉਹਨਾਂ ਦੇ ਲਈ ਇੰਨਾ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਸੀ ਉਹਨੂੰ ਵੀ ਸਿੱਖ ਚਿਹਰਾ ਰੈਕਗਨਾਈਜ਼ ਕਰਨ ਤੋਂ ਅੱਜ ਕੇਜਰੀਵਾਲ ਸਾਹਿਬ ਨੇ ਨਾ ਕਰਤੀ ਹੈ ਔਰ ਉਹਨਾਂ ਨੂੰ ਰਿਜੈਕਟ ਕਰਤਾ ਧੁੰਦਲਾ ਉਹ ਭਰਾਵਾ ਅੱਜ ਸਾਰੀਆਂ ਗੱਲਾਂ ਤੁਹਾਨੂੰ ਅੱਜ ਹੀ ਦੱਸਦੇ ਕੁਛ ਤਾਂ ਰਹਿਣ ਦਿਓ ਅੱਗੇ ਵਾਸਤੇ ਆ ਤੁਹਾਨੂੰ ਇੱਕ ਵੀਡੀਓ ਵਜੇਦਾਰ ਦਿਖਾ ਜਾਂਦਾ ਤੁਹਾਨੂੰ ਤਸੱਲੀ ਕਰਾ ਦਿੰਦਾ ਥੈਂਕ ਯੂ ਓਏ ਇੱਕ ਹੋਰ ਚੀਜ਼ ਤੇਰੇ ਕੋਲ ਹੋਣੀ ਦੇਖੋ ਫਿਰ ਬੇਈਮਾਨੀ ਬਿੱਟੂ ਦੇ ਮਨ 'ਚ ਪਹਿਲੀ ਗੱਲ ਇਹ ਅਪਮਾਨ ਇਕੱਲੇ ਦਲਿਤ ਭਰਾਵਾਂ ਦਾ ਨਹੀਂ ਰਵਨੀਤ ਬਿੱਟੂ ਨੇ ਕੀਤਾ ਅਪਮਾਨ ਉਹਨੇ ਗੁਰੂ ਸਾਹਿਬਾਨਾਂ ਦਾ ਕੀਤਾ ਕਿਉਂਕਿ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸਰਬੱਤ ਦੇ ਭਲੇ ਜਾਤ ਪਾਤ ਨੂੰ ਖਤਮ ਕਰਨ ਦਾ ਬਹੁਤ ਵੱਡਾ ਹੋਕਾ ਖਾਲਸਾ ਪੰਥ ਨੂੰ ਸਾਜ ਕੇ ਦਿੱਤਾ ਸੀ ਔਰ ਉਹੀ ਧਰਤੀ ਹੈ ਜਿੱਥੇ ਬਾਬਾ ਜੀਵਨ ਸਿੰਘ ਜੀ ਨੂੰ ਗਲਤਾਂ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਇਹ ਬਖਸ਼ਿਸ਼ ਵੀ ਕੀਤੀ ਸੀ ਇਹ ਗੱਲ ਕਹਿਣੀ ਕਿ ਅਨੰਦਪੁਰ ਸਾਹਿਬ ਦੀ ਅਤੇ ਚਮਕੌਰ ਸਾਹਿਬ ਦੀ ਪਵਿੱਤਰ ਸੀਟਾਂ ਤੁਸੀਂ ਬਸਪਾ ਨੂੰ ਦੇ ਦਿਓ ਇਹਦਾ ਮਤਲਬ ਕੀ ਆ ਔਰ ਉਹੀ ਬੋਲਬਾਨੀ ਮੈਨੂੰ ਕਹਿਣਾ ਨਹੀਂ ਚਾਹੀਦਾ ਕਿ ਹੈ ਮੇਰੇ ਸਤਿਕਾਰਯੋਗ ਮੇਰੇ ਤੋਂ ਵੱਡੇ ਨੇ ਮੇਰੇ ਬਜ਼ੁਰਗ ਨੇ ਮੈਂ ਦੋਵੇਂ ਹੱਥ ਜੋੜ ਕੇ ਕਰਦਾ ਉਹੀ ਭਾਸ਼ਾ ਕਾਂਗਰਸ ਦੀ ਬੀ ਟੀਮ ਵਾਲੀ ਉਹ ਸਾਡੇ ਪਹਿਲਾਂ ਕਿਹੜਾ ਸੀ ਜੀ ਡੈਮੋਕ੍ਰੈਟਿਕ ਹੁਣ ਡੈਮੋਕ੍ਰੇਸੀ ਤਾਂ ਖਤਮ ਹੋ ਗਈ ਹੁਣ ਸੰਯੁਕਤ ਹੋ ਗਿਆ ਗਾਂ ਚੁੰਬਕ ਹੋ ਜੇ ਭਾਵੇਂ ਕਿਉਂਕਿ ਜੋੜ ਕੇ ਰੱਖਣੇ ਪੈਣੇ ਨਹੀਂ ਤਾਂ ਟੁੱਟ ਭੱਜ ਹੋ ਜਾਂਦੀ ਹੈ ਉਹ ਵੀ ਉਹ ਭਾਸ਼ਾ ਮੈਂ ਹੈਰਾਨ ਹੋ ਗਿਆ ਕਿ ਦੱਸੋ ਜਿਹ ਗੁਰਸਿੱਖੀ ਦੀ ਫਿਲੋਸਫੀ ਕੀ ਹੈ ਉਹਦੇ ਉਲਟੇ ਬਿਆਨ ਦੇਣੇ ਮਗਰ ਚਲੋ ਉਹਨਾਂ ਦਾ ਜਿਵੇਂ ਜਿਹਨੂੰ ਜਿਵੇਂ ਰਾਜੀ ਆ ਉਹ ਕੰਮ ਚੱਲੀ ਜਾਊ ਜਿਹੜੀ ਅਰਜੁਨ ਤੇ ਉਹ ਲੱਭਦੇ ਯਾਰ ਇਹਨਾਂ ਨੂੰ ਲੈ ਕੇ ਰੌਲਾ ਪਿਆ
ਜਿਹੜੀ ਉਹਨਾਂ ਨੂੰ ਸਰਕਾਰੀ ਨੌਕਰੀ ਦੇਣ ਨੂੰ ਲੈ ਕੇ ਰੋਲਾ ਪਿਆ ਉਹਦੀ ਰਿਜ਼ੈਂਟਮੈਂਟ ਕਾਂਗਰਸ 'ਚ ਵੀ ਖੜੀ ਹੋ ਗਈ। ਕੱਲ੍ਹ ਦੇ ਕਾਂਗਰਸ ਦੇ ਵੱਖਰੇ ਵੱਖਰੇ ਐਮ ਐਲ ਏ ਵੀਡੀਓ ਪੋਸਟ ਕਰ ਰਹੇ ਕਿ ਇਹ ਜੋਬ ਜਿਹੜੀ ਉਹ ਕੈਂਸਲ ਹੋਣੀ ਚਾਹੀਦੀ। ਅੱਜ ਬਾਜਵਾ ਸਾਹਿਬ ਦਾ ਬਿਆਨ ਆ ਗਿਆ ਕਿ ਫਤਿਹ ਜੰਗ ਨੂੰ ਕਿਹਾ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਕਿ ਵਾਪਸ ਲੈ ਲੈਣੀ ਚਾਹੀਦੀ ਹੈ, ਨਹੀਂ ਲੈਣੀ ਚਾਹੀਦੀ ਜੋਬ। ਉਹ ਇਹਨਾਂ 'ਤੇ ਤਾਂ ਬਿਆਨ ਦਿੱਤੇ ਅਸੀਂ ਕੰਨੋ ਫੜ ਕੇ ਲਾਵਾਂਗੇ। ਅੱਜ ਇਹਨਾਂ ਨੇ ਜਿਹੜੀ ਨੌਕਰੀਆਂ ਕਿਸਾਨਾਂ ਨੂੰ ਮਿਲਣੀ ਚਾਹੀਦੀਆਂ ਸੀ, ਖੁਦਕੁਸ਼ੀ ਵਾਲੇ ਪਰਿਵਾਰਾਂ ਨੂੰ, ਜਿਹੜੀਆਂ ਨੌਕਰੀਆਂ ਜਿਹੜੇ ਸ਼ਹੀਦ ਹੋਏ ਆ ਕਿਸਾਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਮਿਲਣੀ ਚਾਹੀਦੀ ਸੀ, ਜਾਂ ਜਿਹੜੇ ਦੇਸ਼ ਲਈ ਸ਼ਹੀਦ ਹੋਏ ਆ ਜਾ ਕੇ ਬਾਰਡਰਾਂ 'ਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਣੀ ਚਾਹੀਦੀ ਸੀ, ਜਾਂ ਜਿਹੜੇ ਪੈਰਾ ਓਲੰਪਿਕਸ 'ਚ ਜਾਂ ਓਲੰਪਿਕਸ 'ਚ ਖੇਡਾਂ 'ਚ ਦੇਸ਼ ਦਾ ਪੰਜਾਬ ਦਾ ਨਾਂ ਰੌਸ਼ਨ ਕੀਤਾ ਉਹਨਾਂ ਨੂੰ ਮਿਲਣੀ ਚਾਹੀਦੀ ਸੀ। ਇਹ ਨੌਕਰੀਆਂ ਦੇ ਕਿੱਥੇ ਦਿੱਤੀਆਂ, ਹਾਰਸ ਟ੍ਰੇਡਿੰਗ ਕਰਦਿਆਂ ਹੋਇਆਂ ਕਰਪਸ਼ਨ ਨੂੰ ਲੀਗਲਾਈਜ਼ ਕੀਤਾ, ਕਿਉਂਕਿ ਜੇ ਨੌਕਰੀ ਮਿਲੀ ਤਾਂ ਮੈਂ ਕਪਤਾਨ ਦੇ ਨਾਲ, ਜੇ ਨੌਕਰੀ ਨਾ ਮਿਲੀ ਤਾਂ ਮੈਂ ਦੂਜੇ ਧੜੇ ਨਾਲ। ਕਰਪਸ਼ਨ ਨੂੰ ਕੈਬਨਿਟ ਨੇ ਲੀਗਲਾਈਜ਼ ਕੀਤਾ, ਇਸ ਲਈ ਇਹ ਸਾਰੇ ਕਰੋੜਪਤੀ ਅਰਬਾਪਤੀ ਲੋਕ ਜਿਨ੍ਹਾਂ ਦੇ ਇਲੈਕਸ਼ਨ ਐਫੀਡੈਵਿਟ ਕੱਢ ਕੇ ਵੇਖ ਲਓ, ਕਿਸੇ ਦਾ 34 ਕਰੋੜ ਡਿਕਲਰੇਸ਼ਨ ਆਫ ਐਸੈਟਸ ਹੈ, ਕਿਸੇ ਦਾ 5 ਕਰੋੜ ਹੈ, 10 ਕਰੋੜ ਹੈ। ਬੇਅੰਤ ਸ਼ੌਂ ਦਾ ਪੋਤਰਾ, ਪਾਂਡੇ ਦਾ ਲੜਕਾ ਅਤੇ ਭਾਵੇਂ ਇਹ ਫਤਿਹ ਦਾ ਮੁੰਡਾ, ਇਹ ਸਾਰਿਆਂ ਨੂੰ ਡਿਸਮਿਸ ਕਰਾਂਗੇ, ਨਾਲ ਪਰਚਾ ਦਰਜ ਕਰਾਂਗੇ ਕਿ ਐਡੀ ਹਨੇਰਗਰਦੀ ਕੀਤੀ। ਬਸ ਤੂੰ ਤਾਂ ਸੱਚੀ ਮੈਨੂੰ ਸਭ ਦੇ ਭਵਿੱਖ ਪੁੱਛ, ਮੈਨੂੰ ਆਹ ਜੋੜੇ ਹੱਥ, ਮੈਂ ਅੱਜ ਗੁਰੂ ਦਾ ਨਾਂ ਜਪੂੰਗਾ, ਜੇ ਸੱਚੇ ਪਾਤਸ਼ਾਹ ਨੇ ਕੁਛ ਮੱਤ ਬਖਸ਼ੀ ਤਾਂ ਫਿਰ ਤੇ ਦੇ ਦਿੰਦੇ। ਉਹਨਾਂ ਨੂੰ ਪੁੱਛੋ, ਆਹ ਜਿਹੜਾ ਥੋਕੋ ਤਾਲੀ ਤੇਰਾ ਯਾਰ ਦਿੱਲੀ ਵਾਲਾ, ਉਹ ਤਾਂ 90 ਕਰੋੜ ਖਰਚ ਕਰ ਗਿਆ 3 ਮਹੀਨਿਆਂ 'ਚ, ਇਹਨਾਂ ਲੋਕ ਚੇਤੇ ਆਏ ਉਹਨਾਂ ਨੂੰ। RTI ਹੈ ਮੇਰੀ, ਲੈ ਜਾਓ ਕਾਗਜ਼ ਸਾਰੇ। ਲਾਸਟ ਵੇਖ ਲਓ, ਇਹ ਤਾਂ ਤੁਹਾਡੀ ਖਬਰ ਹੈ। ਆ ਕੀ ਕਹਿੰਦੀ ਹੈ ਜੀ, ਕੋਵਿਡ ਡੈਥ ਪਰ ਮਿਲੀਅਨ ਇਨ ਦਿੱਲੀ 5 ਟਾਈਮਸ ਹਾਇਰ ਦੈਨ ਨੈਸ਼ਨਲ ਐਵਰੇਜ, ਇੱਕ ਖਬਰ ਹੈ। ਅੱਜ ਭੁੱਲ ਗਏ ਸਾਰੀਆਂ ਇਹ ਗੱਲਾਂ ਕਰਨੀਆਂ, ਅੱਜ ਕੇਵਲ ਅੱਜ ਕਿਸਾਨੀ ਨੂੰ ਵੀ ਭੁੱਲ ਗਏ, ਅੱਜ ਨੌਜਵਾਨੀ ਨੂੰ ਵੀ ਭੁੱਲ ਗਏ, ਅੱਜ ਮੁਲਾਜ਼ਮ ਨੂੰ ਵੀ ਭੁੱਲ ਗਏ। ਔਰ RTI ਮੈਂ ਇੱਕ ਹੋਰ ਕਢਾਈ ਕੀ, ਹਾਂ ਇਹਨਾਂ ਨੇ ਆਪਦੀ ਕੇਜਰੀਵਾਲ ਸਾਹਿਬ ਮੁਹੱਲਾ ਕਲੀਨਿਕ ਦਾ ਬੜਾ ਰੌਲਾ ਪਾਉਂਦੇ, ਚਲੋ ਮਿਸਿਸ ਕੇਜਰੀਵਾਲ ਨੂੰ ਸਿਹਤਮੰਦੀ ਪਰਮਾਤਮਾ ਬਖਸ਼ੇ, ਉਹਦਾ ਇਲਾਜ ਕਿੱਥੇ ਹੋਇਆ ਸੀ, ਮੁਹੱਲਾ ਕਲੀਨਿਕ 'ਚ ਹੋਇਆ ਸੀ ਕਿ ਮਦਾਨਤਾ 'ਚ ਹੋਇਆ ਸੀ। ਇਸ ਲਈ ਇਹ ਗੱਲਾਂ ਛੱਡੋ, ਮਗਰ ਮੈਂ ਅਗਲੀ ਗੱਲ 'ਤੇ ਆ ਗਿਆ ਕਿ ਇਹ ਬੰਦਾ ਕੇਵਲ ਅਤੇ ਕੇਵਲ ਲੋਕਾਂ ਨੂੰ ਸਿਰਫ ਮੂਰਖ ਬਣਾ ਕੇ ਇੱਥੇ ਗੱਲਾਂ ਕਰਕੇ ਚਲੇ ਜਾਂਦੇ। ਹਾਲ ਦਿੱਲੀ ਪਾਵਰ ਦੇ ਰੇਟਸ, ਸਭ ਤੋਂ ਐਕਸਪੈਂਸਿਵ ਇੰਡਸਟਰੀਅਲ ਪਾਵਰ, ਕਮਰਸ਼ੀਅਲ ਪਾਵਰ, ਹਾਊਸ ਹੋਲਡ ਪਾਵਰ ਦਿੱਲੀ 'ਚ ਜਾ ਕੇ ਆ। ਔਰ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਜਿਹੜਾ ਸਾਡਾ ਵਾਅਦਾ ਹੈ ਦੈਟ ਅਸੀਂ ਬਿਜਲੀ ਦੇ ਬਿੱਲ ਬੰਬੀਆਂ ਦੇ ਅੱਜ ਦੇ ਮਾਫ ਨਹੀਂ ਕੀਤੇ, ਪਿਛਲੇ 20 ਸਾਲਾਂ ਤੋਂ ਮਾਫ ਰੱਖੇ ਆ, ਇਸ 97 ਤੋਂ। ਔਰ ਇਸੇ ਤਰ੍ਹਾਂ ਅਗਲਾ ਵਾਅਦਾ ਇਹ ਹੈ ਦੈਟ ਲੋਐਸਟ ਪਾਵਰ ਹਾਊਸ ਹੋਲਡ ਦਾ ਪਾਵਰ 50% ਬਿੱਲ ਨੂੰ ਸਲੈਸ਼ ਕਰ ਦਿਆਂਗੇ, ਅਤੇ ਗਰੀਬਾਂ ਨੂੰ ਨੋ ਬਿੱਲ। ਇਹ ਸ਼੍ਰੋਮਣੀ ਅਕਾਲੀ ਦਲ ਦੇ ਕਮਿਟਮੈਂਟ ਸੁਖਬੀਰ ਜੀ ਨੇ ਕਦੋਂ ਦੀ ਦਿੱਤੀ, ਔਰ ਅੱਜ ਤੱਕ ਜੋ ਕਿਹਾ ਉਹਨੂੰ ਪੂਰਾ ਕਰਕੇ ਬਿਠਾ। ਉਹ ਗੱਲ ਇਹੀ ਵਾਰ ਵਾਰ ਅੱਜ ਵੀ ਕਰ ਰਹੇ ਆ, ਉਹ ਦੁਬਾਰਾ ਰਿਪੀਟ ਕੀਤੀ ਹੈ, ਤੁਸੀਂ ਕਹਿ ਰਹੇ ਹੋ ਆਪ ਅਤੇ ਕਾਂਗਰਸ ਮਿਲੀ ਹੈ, ਉਹ ਕਹਿੰਦੇ ਵੀ ਬਾਦਲ ਪਰਿਵਾਰ ਅਤੇ ਕੈਪਟਨ ਪਰਿਵਾਰ ਮਿਲਿਆ ਹੋਇਆ, ਇਸੇ ਕਰਕੇ ਸਟੇਟ ਦਾ ਬੇੜਾ ਗਰਕ ਹੋਇਆ। ਉਹਦੇ ਤਾਂ ਮੌਜਾਂ ਲੱਗੀਆਂ ਠੋਕੋ ਤਾਲੀ ਦੀ, ਪਹਿਲਾਂ ਸਾਡੇ ਨਾਲ ਕੱਢਤੇ ਛੋਟਾ ਵੀਰ 9 ਮਾਸ ਦਾ ਰਿਸ਼ਤਾ, ਅਤੇ ਕਦੇ ਮੇਰੀਆਂ ਚੰਬ ਦੀਆਂ ਜੁੱਤੀਆਂ ਮਿਲਾ ਲਾ, ਉਹਨੂੰ ਪੁੱਛੀ ਠੋਕੋ ਤਾਲੀ ਨੂੰ ਤੇਰੀ ਘਰ ਦੀ ਕਿੱਥੇ ਵਜ਼ੀਰ ਸੀ 16 ਤੱਕ CPS, ਉਦੋਂ ਤਾਂ ਸਾਡੇ ਨਾਲ ਹੀ ਬਹਿੰਦੀ ਸੀ, ਉਦੋਂ ਅਸੀਂ ਚੰਗੇ ਸੀ, ਉਦੋਂ ਬਾਲ ਸਾਹਿਬ ਭਾਪਾ ਜੀ ਅਤੇ ਕੇ ਜੇਟਲੀ ਸਾਹਿਬ ਭਾਪਾ ਜੀ, ਹੋਰ ਜਦੋਂ ਵੇਖਿਆ ਕਿ 17 'ਚ ਹੁਣ ਜੇ ਕਪਤਾਨ ਨੂੰ ਭਾਪਾ ਨਹੀਂ ਬੁਲਾਇਆ ਤਾਂ ਕੰਮ ਨਹੀਂ ਬਣਨਾ, ਹੁਣ ਉਦੋਂ ਕਪਤਾਨ ਨੂੰ ਭਾਪਾ ਬੁਲਾ ਤਾ। ਮੈਂ ਵੀਡੀਓ ਵੀ ਦਿੰਦਾ ਤੈਨੂੰ, ਉਹ ਵੀ ਦਿਖਾ ਦੇ ਮਿੱਤਰਾ, ਵੀਡੀਓ ਇੱਧਰ ਧਿਆਨ ਦੇ ਮੇਰੇ। ਇੱਕ ਆ ਮੈਂ ਤੁਹਾਨੂੰ ਨਹੀਂ ਗੱਲ ਸੁਣੋ, ਇੱਕ ਕਪਤਾਨ ਦੇ 10 ਸੈਕਟਰ ਘਰ ਦੀ ਵੀਡੀਓ ਤੁਹਾਨੂੰ ਵਿਖਾਉਣ ਲੱਗਿਆ, ਕੀ ਕਹਿੰਦਾ ਸੀ, ਕੌਣ ਜੀ ਹਾਂ ਉਹ ਕਦੋਂ ਹਰਿਆ ਸੀ 90, ਮੈਂ ਹੁਣ 2017 ਦੀ ਗੱਲ ਕਰਨ ਲੱਗਿਆ, ਮੈਂ 17 ਦੀ ਵੀਡੀਓ ਵਿਖਾਉਂ ਤੁਹਾਨੂੰ ਠੋਕੋ ਤਾਲੀ ਦੀ, ਜਿੱਥੇ ਨਾ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਤੁਹਾਡੇ ਵਰਗਿਆਂ ਨੇ ਕਿ ਆਪਣੀ ਤਾਂ, ਮੇਰੀ ਤਾਂ ਵੇਖੀ ਹੋਣੀ, ਮੇਰੀ ਤਾਂ ਛੱਡੋ ਤੁਸੀਂ ਉਹਦੀ ਵੇਖੋ।
मेरे नाव से तो एवं ब्लड प्रैशर कि दिमाग की नाड़ी पाड़ दिया मैनू जमे अठा एक मिनट एक गल सुन लियो मेरी सतारा की वीडियो विखाऊ इंडिया टूडे ने लगी हुई है किसी पत्रकार ने पूछ लिया कि नवजोत कैप्टन साहब थोड़ी शिफ्ट बड़ी करता वो कहिंदा जी किनू आपकी शिफ्ट सुनने का नहीं शौक तो ये तो ही सुन लिए ये हौली देनी वो कन च जाके कहिंदा सर मैं की कहना फादर इज अ फादर सन इज अ सन तुसी फादर मैं सन ठोको ताली पा कटै हूँ लै पुछो किधर गया पापा तेरा देखो एक गल तो स्पष्ट हो गई कि कांग्रेस पार्टी भी फेल हो गई है ते आप भी फेल हो गई है मिली भुगत भी सामने आ गई किवें रल के खेड रहे हैं क्योंकि एम एल ए तो ये रिपोर्ट तो अफसर तो सारी गल तो हुण दूजी गल साढ़े चार साल च कीता कुछ नहीं मैं छड्डो इन्हां दे अपने एम एल ए जा दिल्ली दसदे आ वजीर दसदे आ वो उन्हूं चोर कहिंदा उन्हूं चोर कहिंदा दूजे एक दूजे नूं मारनते होए आ ते कांग्रेस भी समझ गई है कि जे कम्मां दे आधार ते जावांगे ते वोट नहीं पैणी आपने भी रल के खेडी है जे ऑपोजिशन की गल करे तो लोगों ने मानना नहीं इसलिए मुद्दा ही पटका दौ किसानी करजा मुद्दा ना रहन दौ घर घर नौकरी मुद्दा ना रहन दौ बिजली मुद्दा ना रहन दौ बाकी एससी स्कॉलरशिप मुद्दा ना रहन दौ मुलाजमान के पत्ते मुद्दे ना रहन दौ इसलिए सारी गल इस पर केंद्रित करो मगर लोगों का भी दिमाग है लोग बड़े सियाने है पब्लिक सब जानती है लोग सब समझते हैं कौन इस सियासत करके केवल तो केवल लोगों दिया भावना नाल खेडना चाहता कौन नहीं खेडना चाहता इसलिए लोग एक बारी जरूर इस झासे च आ गए बार बार नहीं आने वाले आप बड़ी वधिया गल की अज तुसी गल होर वेखी होनी दिल्ली मॉडल चो महला क्लीनिक अज कड़ता अज हेल्थ की गल नहीं की ना अज हेल्थ की अज कल्ली गल की स्कूल की तो बिजली की देखो ये बंदा भी जेड़ा आउंदा ना दिल्लियों ये कड़ा सिदरा पदरा ये माँ छात्र मगर छात्रपना पंजाबियों नाल नहीं चलना हुण पंजाबियों ने तो धौण ते गोडा रख के गल्लां पुछनियां ने जिहड़ियां साडियां धीआं पैणा दी इज्जतां नाल जिहड़े इन्हां दे लोग दिल्लियों आउंदे सन जो कुछ करते रहे या पैसों का लैण देण करते रहे मगर अज उन्हूं पुछो हैल्थ की गल क्यों नहीं की तू क्यों नहीं की दिल्ली की पॉपूलेशन है 1,80,00,000 1,90,00,000 के अंदर अंदर और जिहड़ी रिकॉर्डिड डैथ है वह 25,000 के नेड़े तेड़े पंजाब 3,00,00,000 आबादी और रिकॉर्डेड डैथ अराउंड 16,000 25,000 देश का कैपिटल होवे राजधानी होवे इंफ्रास्ट्रक्चर सारा ही होवे दो सरकारा दा गवर्नमेंट ऑफ इंडिया दा एंड स्टेट गवर्नमेंट दा मगर इस तरीके दा कोलैप्स होया कि थोड़ी अपनी जर्नलिस्ट है बरखा दत्त उहदी वीडियो तो वेखी होनी वह किवें किवें रोंदी सी और की कहिंदी सी कि एक संस्कार वास्ते 3-3,00,000 रुपए मंगे जाते सी या किन्ने लोग दिल्लियों भज के आए एंबूलेंस लैके 2-2,00,000 1.5-1.5 लाख एंबूलेंस नूं दिता कि आके साडा इलाज किसी होर सूबे च हो जाए पंजाब च हो जाए जां राजस्थान च हो जाए दिल्ली च नहीं रहना दिल्ली च जिस तरीके नाल बाडियां दे ढेर लगे या जिहड़े थोड़े रोहित सरदाना जी सन या होर छड्डो जरनैल सिंह तां इन्हां ने बादल साहब के उल्ट एम एल ए उतारिया वीडियो भुल गए वो भोग से एक बंदे ने निकल के की किया आ जरनैल सिंह की ट्वीट सी भोग से एक गल कही कि जे मैं केजरीवाल तो पहला आता तो मैं इनू जरनैल के भोग से बोलन ना दिता जो इतने दिल्ली का हैल्थ का हाल होया और जरनैल सिंह ने की गल कही आई नीड बैड ऑक्सीजन लैवल लो प्लीज़ हैल्प मी ए आप दा पंजाब दा सीएम फेस सी इसलिए अज हेल्थ की गल छड़ती और यही हाल इन्हों एजुकेशन चे होर चे
ਤੁਹਾਨੂੰ ਪਤਾ ਗੁੱਸਾ ਨਾ ਕਰ ਦਿਓ ਹੁਣ ਤੁਸੀਂ ਮੇਰੇ ਤੇ ਥੋੜਾ ਗੁੱਸਾ ਕਰ ਸਕਦੇ ਹੋ ਪਰ ਕਰਿਓ ਨਾ ਮੈਂ ਹੱਥ ਜੋੜਦਾ ਤੁਹਾਡੇ 700 ਕਰੋੜ ਆ ਮੀਡੀਆ ਦਾ ਬਜਟ ਔਰ ਕਰੋਨਾ ਕਾਲ 'ਚ ਤਾਂ ਸਭ ਨੂੰ ਮਾਰ ਪੈ ਗਈ ਹੈ ਸਭ ਨੇ ਬੜਾ ਕੁਝ ਵੇਖਣਾ ਪੈਂਦਾ ਇਹ ਕੰਮ ਨਾ ਹੋਵੇ ਕਿ ਆਪਾਂ ਇਕੱਲਾ ਇਹੀ ਵੇਖੀ ਜਾਈਏ ਆਹ ਮੈਂ ਇਹਨਾਂ ਦਾ ਲੋਕਡਾਊਨ ਦੇ ਫਿਗਰ ਕੱਢ ਰਿਹਾ ਸੀ ਕੋਈ ਸਟੇਟ ਗਵਰਨਮੈਂਟ ਆਪਣੀ ਮਸ਼ਹੂਰੀ ਵਾਸਤੇ ਇੰਨੇ ਪੈਸੇ ਨਹੀਂ ਖਰਚ ਕਰਦੀ ਸੂਬਾ ਸਰਕਾਰ ਜਿੰਨੀ ਕੇਜਰੀਵਾਲ ਕਰਦਾ ਔਰ ਆਹ ਐਡ ਮੈਂ ਤੁਹਾਨੂੰ ਦੱਸ ਦਿਆਂ 2015 ਤੋਂ ਲੈ ਕੇ ਚਲੋ 2015 ਛੱਡੋ ਪਿਛਲੇ ਸਾਲ 2020 ਜਨਵਰੀ ਤੋਂ 21 ਤੱਕ ਕਿੰਨੇ ਕੁ ਪੈਸੇ ਖਰਚੇ ਉਹਨੇ ਆਪਦੀ ਮਸ਼ਹੂਰੀ ਵਾਸਤੇ ਉੱਥੇ ਲੋਕਾਂ ਨੂੰ ਸੰਸਕਾਰ ਲਈ ਥਾਂ ਨਹੀਂ ਬੈੱਡ ਨਹੀਂ ਲੋਕ ਆਕਸੀਜਨ ਨੂੰ ਤਰਸਦੇ ਸੀ ਲੋਕ ਐਂਬੂਲੈਂਸਾਂ ਨੂੰ ਤਰਸਦੇ ਸੀ ਇਹਨਾਂ ਨੇ 177.18 ਕਰੋੜ ਇਹ RTI 'ਚੋਂ ਕੱਢੀ ਆ ਇਹਨਾਂ ਦੇ ਆਪਦੀ ਮਸ਼ਹੂਰੀ 'ਤੇ ਖਰਚ ਕਰਤੇ ਇਸ ਲਈ ਭਰਾਵੋ ਇਹੋ ਜਿਹੇ ਲੋਕਾਂ ਦਾ ਕੀ ਗੱਲ ਕਰਨੀ ਕੀ ਨਹੀਂ ਕਰਨੀ ਕਿ ਜੋ ਲੋਕ ਕਹਿੰਦੇ ਸੀ ਉਹ ਵੀ ਸੱਚ ਹੋ ਗਈ ਜੋ ਆਨਰੇਬਲ ਹਾਈ ਕੋਰਟ ਨੇ ਕਿਹਾ ਉਹ ਵੀ ਸੱਚ ਹੋ ਗਈ ਔਰ ਜੋ ਆਪੋਜੀਸ਼ਨ ਪਾਰਟੀਆਂ ਕਹਿੰਦੀਆਂ ਸਨ ਕਿ ਇਹਦੇ 'ਤੇ ਸਿਰਫ ਪੋਲੀਟਿਕਸ ਹੋ ਰਹੀ ਹੈ ਔਰ ਪੋਲੀਟਿਕਸ SIT ਵੀ ਕਰ ਰਹੀ ਹੈ ਉਹਦਾ ਇੱਕ ਮੈਂਬਰ ਅੱਜ ਉਹ ਵੀ ਸੱਚ ਹੋ ਗਈ ਨਹੀਂ ਤਾਂ ਇੱਕ ਵਾਰਨਿੰਗ ਨਹੀਂ ਅਨੇਕਾਂ ਵਾਰਨਿੰਗ ਆਈਆਂ ਸੀ SIT ਬਣੀ ਪ੍ਰਬੋਧ ਕੁਮਾਰ ਜੀ ਉਹਦੇ ਹੈੱਡ ਸੀ ਚਾਰ ਮੈਂਬਰ ਹੋਰ ਸੀ ਚਾਰਾਂ ਨੇ ਲਿਖ ਕੇ ਦੇ ਦਿੱਤਾ ਸੀ ਕਿ ਇਹ ਬੰਦਾ ਕੁੰਵਰ ਵਿਜੇ ਪ੍ਰਤਾਪ ਜਿਹੜੇ ਇਸ ਲਾਈਨ 'ਤੇ ਚੱਲਿਆ ਅਸੀਂ ਉਹਦੇ ਨਾਲ ਨਹੀਂ ਸਹਿਮਤ ਕਿਉਂ ਉਹਨਾਂ ਨੇ ਗੱਲ ਕੀਤੀ ਬਿਕੋਜ਼ ਉਹ ਪ੍ਰੋਫੈਸ਼ਨਲ ਲੋਕ ਸੀ ਉਹਨਾਂ ਨੇ ਆਪਣੀ ਡਿਊਟੀ ਜ਼ਿੰਮੇਵਾਰੀ ਸਮਝੀ ਪ੍ਰੋਫੈਸ਼ਨਲ ਐਥਿਕਸ ਨੂੰ ਸਮਝਿਆ ਪ੍ਰੋਫੈਸ਼ਨਲ ਗੱਲ ਕੀਤੀ ਉਹਨਾਂ ਦਾ ਕੋਈ ਪੋਲੀਟੀਕਲ ਅੰਬੀਸ਼ਨ ਨਹੀਂ ਸੀ ਅੱਜ ਉਹਨਾਂ 'ਚੋਂ ਕਿਉਂ ਨਹੀਂ ਕੋਈ ਪੋਲੀਟਿਕਸ 'ਚ ਗਿਆ ਕਿਉਂਕਿ ਉਹਨਾਂ ਦੀ ਮਨਸ਼ਾ ਸਾਫ ਸੀ ਸੋਚ ਪੋਲੀਟਿਕਸ ਨਹੀਂ ਸੀ ਸੋਚ ਇੱਕੋ ਸੀ ਕਿ ਸੱਚ ਸਾਹਮਣੇ ਲਿਆਉਣਾ ਸੱਚਾਈ ਸਾਹਮਣੇ ਰੱਖਣੀ ਮਗਰ ਇੱਕ ਆਦਮੀ ਦਾ ਸਿਰਫ ਤੇ ਸਿਰਫ ਪੋਲੀਟੀਕਲ ਏਜੰਡਾ ਰਹਿ ਗਿਆ ਸੀ ਔਰ ਵੱਡੀ ਗੱਲ ਇੱਕ SIT ਦੇ ਜਿਹਦੇ ਇਹ ਕੁੰਵਰ ਵਿਜੇ ਪ੍ਰਤਾਪ ਪਹਿਲਾਂ ਵੀ ਮੈਂਬਰ ਰਹੇ ਹੈ ਇਹਨਾਂ ਨੇ ਉਹ DGP ਦੇ ਖਿਲਾਫ ਸੀ ਦਿਨਕਰ ਗੁਪਤਾ ਅਤੇ ਸਾਰਿਆਂ ਦੇ ਖਿਲਾਫ ਉਹਦੇ 'ਚ ਲਿਖ ਕੇ ਦਿੱਤਾ ਕਿ ਜੇ ਇਸ ਕਮੇਟੀ 'ਚ ਪ੍ਰਬੋਧ ਬਾਨ ਚੱਟੋਪਾਧਿਆ ਅਤੇ ਇਹ ਮੈਂਬਰ ਸੀ ਉਹਦੇ 'ਚ ਲਿਖ ਕੇ ਦਿੱਤਾ ਕੋਰਟ 'ਚ ਕਿ ਮੈਂ ਆਪਦੇ ਆਪ ਨੂੰ ਜਿਹੜੀ ਸਾਡੀ ਤਿੰਨਾਂ ਦੇ ਸਾਈਨ ਹੋਇਆ ਉਸ ਨੂੰ ਰਿਪੋਰਟ ਮੰਨਿਓ ਜਿਹੜੀ ਚੱਟੋਪਾਧਿਆ ਇਕੱਲੀ ਦਿੰਦਾ ਉਹਨੂੰ ਰਿਪੋਰਟ ਨਾ ਮੰਨਿਓ ਮੈਂ ਪੁੱਛਣਾ ਚਾਹੁੰਦਾ ਜਿਹੜੀ ਹਾਈ ਕੋਰਟ ਦੇ ਜੱਜ ਸਾਹਿਬ ਨੇ ਵੀ ਪੁੱਛੀ ਗੱਲ ਕਿ ਉਹ ਵੀ ਮੋਹਰ ਲੱਗ ਗਈ ਕਿ ਜਿਸ ਬੰਦੇ ਨੇ ਹਾਈ ਕੋਰਟ 'ਚ ਅੱਜ ਤੋਂ 6 ਮਹੀਨੇ ਪਹਿਲਾਂ ਇਹ ਗੱਲ ਲਿਖ ਕੇ ਦਿੱਤੀ ਸੀ ਕਿ ਉਹਨੂੰ ਪਤਾ ਨਹੀਂ ਸੀ ਕਿ ਜਦ ਮੈਂ ਇਕੱਲੀ ਰਿਪੋਰਟ ਦਊਂਗਾ ਇਹਦਾ ਕੀ ਨਿਕਲੂਗਾ ਹਰ ਵਾਰੀ ਧੋਖਾ ਧੜੀ ਫਰੋਡ ਕੀਤਾ ਸਿਰਫ ਤੇ ਸਿਰਫ ਆਪਣੇ ਫਾਇਦੇ ਲਈ ਆਪਣੇ ਪੋਲੀਟੀਕਲ ਫਿਊਚਰ ਨੂੰ ਪ੍ਰੋਗਰਾਮ ਨੂੰ ਅੱਗੇ ਲਿਜਾਉਣ ਵਾਸਤੇ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਸਾਰੀ ਚੀਜ਼ 'ਤੇ ਮਿਸਯੂਜ਼ ਆਫ ਓਫੀਸ਼ੀਅਲ ਪੋਜੀਸ਼ਨ ਮੈਂ ਸਮਝਦਾ ਕਿ ਅੱਜ ਲੋਕਾਂ ਦੀ ਡਿਮਾਂਡ ਹੈ ਸਾਡੀ ਡਿਮਾਂਡ ਹੈ ਕਿ ਇਸ ਅਫਸਰ ਦੇ ਖਿਲਾਫ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਲੋਕਾਂ ਨਾਲ ਧੋਖਾ ਕਰਨ ਵਾਸਤੇ ਲੋਕਾਂ ਦੇ ਪੰਜਾਬ ਦੇ ਗੁਰੂ ਨਾਨਕ ਨਾਮ ਲੇਵਾ ਦੇਸ਼ ਦੁਨੀਆ 'ਚ ਬੈਠੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਭਾਵਨਾ ਦੇ ਖਿਲਵਾੜ ਕਰਨ ਵਾਸਤੇ ਇਸ 'ਤੇ ਪਰਚਾ ਦਰਜ ਹੋਵੇ ਇਹਦਾ ਨਾਰਕੋ ਅਨੈਲਿਸਿਸ ਟੈਸਟ ਵੀ ਕਰੋ ਕਿ ਸੱਚਾਈ ਸਾਹਮਣੇ ਆਵੇ ਕਿ ਇਹ ਕਿਹਦੇ ਨਾਲ ਕਿਉਂਕਿ ਜਿਹੜੀ ਗੱਲ ਕੌਨਸਪੀਰੇਸੀ ਦੀ ਹੈ ਸ਼ਡਿਅੰਤਰ ਦੀ ਹੈ ਉਹ ਬੜੇ ਸਮੇਂ ਪਹਿਲਾਂ ਰਚੀ ਗਈ ਸੀ ਅੱਜ ਤਾਂ ਉਹਦਾ ਕੇਵਲ ਅਤੇ ਕੇਵਲ ਅੱਜ ਰਿਜ਼ਲਟ ਸਾਹਮਣੇ ਨਿਕਲ ਕੇ ਆ ਰਿਹਾ ਮੇਰੇ ਵੀਰੋ ਜਿਹੜੇ ਅੱਜ ਹੋਰ ਬੜੀ ਅਫਸੋਸ ਦੀ ਗੱਲ ਹੈ ਕਿ ਕੇਜਰੀਵਾਲ ਸਾਹਿਬ ਅੱਜ ਇੱਥੇ ਆਏ ਵੇਖੋ ਹੁਣ ਮਿਲੀ ਭੁਗਤ ਦੋ ਸਰਕਾਰਾਂ ਦੀ ਕਿਸ ਤਰੀਕੇ ਨਾਲ ਹੈ ਕੈਪਟਨ ਸਾਹਿਬ ਅਤੇ ਇਹਨਾਂ ਦੀ ਇੱਕ ਸ਼ਬਦ ਵੀ ਕੈਪਟਨ ਸਾਹਿਬ ਦੇ ਉਲਟ ਨਹੀਂ ਬੋਲ ਕੇ ਗਏ ਮੈਂ ਵੀ ਜਿਵੇਂ ਗੱਠਜੋੜ ਹੁਣ ਅਗਲਾ ਲੱਗਦਾ ਕਾਂਗਰਸ ਤੇ ਆਪ ਦਾ ਹੀ ਕਰਾਉਣਾ ਔਰ ਸੂਤਰਧਾਰ ਵੀ ਇਹੋ ਜਿਹੜੇ ਨਟਵਰ ਲਾਲ ਨੇ ਕੁੰਵਰ ਵਿਜੇ ਪ੍ਰਤਾਪ ਵਰਗਿਆਂ ਨੇ ਬਣਨਾ ਜੋਕਰਾਂ ਨੇ ਬਣਨਾ ਇਹਨਾਂ ਨੂੰ ਕਦੇ ਲੋਕ ਮਾਫ਼ ਨਹੀਂ ਕਰਨਗੇ ਕਿਉਂਕਿ
बहुत लोगों अखां इस गल ते टिकिया सन कि ही विल ब्रिंग द ट्रूथ, मगर जज साहब तो लैके और इस अफसर की एक बारी खिचाई नहीं, कॉन्स्टिट्यूशनल बॉडी इलेक्शन कमीशन उन्हें भी यदि खिचाई की, अपना SIT के बाकी मैंबर ने भी की, कोर्ट ने भी करती, कोई कसर रही नहीं गई कि इसकी मिली भुगत अपने पोलिटिकल फायदे वास्ते मफाद वास्ते नहीं गेम खेडी जा रही सी। दूजी गल वेखो, अज केजरीवाल साहब इत्थे आए, जिहड़ियां नौकरियां दा मैं पहला जिक्र करता, ना उहदा कोई जिक्र, ना किसानी संघर्ष च शहीद होए वाले किसानां दा कोई जिक्र, ना किसान जिस तरीके नाल दिल्ली दे बार्डरां ते बैठे ना उहदा कोई जिक्र, जो दिल्ली च अज केजरीवाल साहब मैं वेख्या बड़े शब्दां दा हेर फेर करके कहिंदे जी, एक जगह कहिंदे जी साडा चेहरा सिख चेहरा होगा अगला। इन्हां नूं ये तां पुछो कि तुहाडा किन्नी दो सरकारां ते तीजी बन गई तुहाडी दिल्ली च, कुछ दिन पहला रे एक फेर बनी ते दूजी हाले तक एक सिख चेहरा तां तुसीं दिल्ली च नहीं लिया। लोगों नूं मूर्ख बनाउण दा ही काम रखिया, 4.5 साल इत्थे वड़े नहीं, जबकि इन्हां दी पार्टी दे लोग, इन्हां दी जिहड़ियां साडियां पंजाब दीआं धीआं पैणा सन, अज तक उन्हां नूं इंसाफ नहीं दित्ता, जिहड़े जिसम फरोशी दे इल्जाम लगते रहे हैं, जिहड़े पैसे लैके टिकटां दे इल्जाम लगते रहे हैं, जो NRI वीर इन्हां ते इल्जाम लाउंदे रहे हैं कि करोड़ां ही रुपया इकट्ठा करके ये चलदे बने, अज किसी एक चीज़ का भी इत्थे आके कोई जिक्र नहीं किया। और उस अफसर की आके जॉइनिंग करवानी, जिस अफसर ने पंजाबियों नूं देश भर च जिहड़े लोकतंत्र च विश्वास रखते हैं उन्हां नूं, या गुरु नानक नाम लेवा संगत दे पिट च छुरा मारन का काम किया, धोखा देने का काम किया, और कख नहीं किया। इसलिए मेरी तो जिवें पहला भी साड़ी पार्टी असी बैठे अंदर गल कर रहे सा कि इस तो सीरीयस मुद्दा कोई नहीं, और एडी अपनी ड्यूटी तो प्रति ईमानदार सोचता कि अपनी वर्दी का फायदा उठा के अपना पोलिटिकल करियर एनहांस करना इस तो वड्डा पाप कोई नहीं, इसलिए इहदे खिलाफ़ कार्रवाई होवे, परचा दर्ज होवे, और इहदा कस्टोडियल इंटरोगेशन होवे, नारको टेस्ट होवे कि कौन कौन इस षड्यंत्र च सी, ते सच्चाई मैं समझदा फिर सामने आऊगी, और आप दी ते कांग्रेस दी रली मिली भुगत भी थोड़े सामने वेखण नूं मिलेगी। देखो पहला तो यह जे नटवर लाल अर्गे कलयुगी जीव रब नू इंसाफ नहीं दे सकते, सच्चा पातशाह तो सब नू आप इंसाफ देंदा, सच्चा पातशाह आप समर्थ ने, अज दो साल प्रोसीडिंग चलिया ने, और ये हाई कोर्ट की टिप्पणी है जो कुछ इन्होंने लिख के दिता है, जे यदि लत्तां च जान जाके हाई कोर्ट के जज बारे टिप्पणी करे, हाई कोर्ट की जजमेंट नू चैलेंज करे, नहीं तो जो हाई कोर्ट के जज साहब ने कहा उही देखो उही फाइनल है, क्यों आपां वी आर सिटीजन ऑफ दिस कंट्री, देश च कानून है, कानून की है फाइनल अथॉरिटी लॉ कोर्ट कोर्ट्स ने, और कोर्ट दी हाई कोर्ट ने इस नूं फैसला सुनाया, हुण सुप्रीम कोर्ट है कल्ली जे उन्हूं प्रॉब्लम है, मगर उन्हूं भी पता कि जो जज साहब ने लिखी और सच लिखी, और जज साहब ने तो इत्थों तक लिखता कि इन्हें पॉलिटिक्स च जाना, क्यों लिखता ये गल, क्योंकि उन्होंने महसूस किया कि एडी टेंटेड इन्वेस्टिगेशन कर रहा, इन्नी धुंधली इन्वेस्टिगेशन कर रहा, एडी गलत इन्वेस्टिगेशन कर रहा कि ये कोई सही अफसर यह जहाँ काम ही नहीं कर सकता, उस गलते मोर लग गई। और दूजी गल वेखो, आ
मैं खबर दे रहा थोनू हूँ, मेरी 19 अप्रैल की स्टेटमेंट है, तुम मजीठे आए सी, आ मैं वीडियो भी विखा दिना हूँ, मैं किमें पता सी इन्हें जाना है। ये मजीठे की मेरी 19 अप्रैल की है। ये अफसर चलाक लूंबड़ी है, ये अफसर नहीं है, इन्हें जाना आम आदमी पार्टी ने ज्वाइन करनी है, ये केजरीवाल के इशारे से नच रहा अज कि एक मिनट जी, 19 अप्रैल अज कितनी तरीक है, 21 जून, 2 महीने पहला मैं 19-21 नहीं होगी हूँ तो जमा ही जमा, मतलब मैं कोई अंतरजामी थोड़ी, मगर मेरे को भी सोर्सेज ने, और ये गल की चर्चा मैनू आप कुछ मेरे सोर्स जेडे केजरीवाल साहब के साथी ने, कुछ जेडे पुलिस के साथी है, और कुछ जेडे कांग्रेस के साथी है, मेरे को सारी इंटेलीजेंस है, मेरे वर्गे नमाणे नाचीज इंसान को आ गई तो थोड़े को खबर वध चाहिए सी, और मैं अज भी कह दिना इस एक बंदा नहीं शामिल, जिस दिन यदि जांच होगी बड़े वड्डे वड्डे नौ डिगने सामने, जिन्होंने केवल तो केवल इस मुद्दे ते राजनीति करने की कोशिश की और कख नहीं किया, और जोड़े इस गुरु ग्रंथ साहब महाराज के मुद्दे ते पॉलिटिक्स करनगे, मैं सच्चे पातशाह तो डर के गल कहना कि वो दिन भी आऊगा कि इन्हां नू कोई इन्हों मूह नहीं लाऊगा, इन्हों का कख नहीं रहूगा, असलीयत की कहानी। नहीं ऑपोजिशन पार्टी कितने ज्वाइन की, केजरीवाल तो रूलिंग पार्टी है, तुसी कल मैनू दसो कि कोई मुख्यमंत्री इस बंदे नू इन्नी तवज्जो दू, तवज्जो इसलिए दिती है कि जे ना दिंदा फिर उन्हें दस देनी सी कि कुंवर विजय प्रताप ने कि मैनू बुला बुला मीटिंग करते सी ते हुण मैनू पुछदे नहीं, ओ ए पोल खोल ना कर दिंदा, ये तो आपकी जान बचाउण नू अज आए आ। अज मैं थानू गल दसदा, मैं हो बेनती कर रहा दो गल्लां, दो सवाल ने, एक तो तुसी रूलिंग पार्टी का पुछ लिया, रूलिंग पार्टी च ही गया, ऑपोजिशन पार्टी च नहीं गया, और जे तो इनू हरपाल चीमा ज्वाइन कराउंदा, जां अज वैसे तो केजरीवाल साहब आए भगवंत मान का भी छुट्टी कर गए आ, कहिंदे सिख चेहरा दवांगे, मतलब ये जिहड़ा बैठे इनू चेहरा नहीं कहिंदे सिख, उन्हूं पता नहीं की कहिंदे, मंथन कर रहे, मतलब कि तू तो गया भाउ उधरला बैठा तू भी गया, दोवां की छुट्टी भी कर गया, मगर देखो ये जिन्हें भी चलाक लूंबड़िया ने ना छात्र बनते, इन्हों का चेहरा रब भी नंगा करता, रूलिंग पार्टी उन्हें ज्वाइन की है, दो रूलिंग पार्टीज ने कांग्रेस नाल मिल के खेडे, आफ्टरऑल इनू पाया कि ने, इनू पाउण वाले दो तीन लोग ने, नवजोत सिद्धू, सुखी रंधावा, तृप्त रजिंदर बाजवा एंड जाखड़ एंड कैप्टन, बाकी चलो छोटे मोटे होर होने भारे ने, मगर छोटे मोटे MLA होर ने, इन्हां ने इस बंदे नू पुआया, बाकी चारे मैंबर ADGP प्रबोध कुमार जी थरो प्रोफेशनल, उन्हां दा ट्रैक रिकॉर्ड चैक करा लियो, मतलब 100 times वह, मतलब उस रिकॉर्ड ते अज तक कोई किंतु परंतु नहीं होया, अरुणपाल या भुपिंदर या जेड़ा SSP लाया, चार होर बंदे ने, उन्हां चारा ने लिख के देता कि सानू इहते भरोसा नहीं, और जेड़े चार लिख के दे रहे, 2 जूनियर 2 सीनियर, मगर फिर भी इतने रहे, क्यों, क्योंकि पॉलिटिक्स करनी सी, हुण इनक्वायरी कौन कर सकता है, नारको टेस्ट कौन कर सकता है, असी मांग करते हैं कि सुप्रीम कोर्ट या हाई कोर्ट
ਇਹਦਾ ਟੈਸਟ ਕਰਾਵੇ ਕਿਉਂਕਿ ਇਹ ਹਾਈ ਕੋਰਟ ਨਾਲ ਫਰਾਡ ਹੋਇਆ। ਜੇ ਇਸ ਬੰਦੇ ਨੇ ਜਾ ਕੇ ਜੱਜ ਸਾਹਿਬ ਨੇ ਤਾਂ ਅੰਦਰ ਇਹ ਗੱਲ ਵੀ ਲਿਖੀ ਹੈ ਕਿ ਮੈਂ ਇਹ ਜਾਂ ਬੇਵਕੂਫ ਬੰਦਾ ਨਹੀਂ ਵੇਖਿਆ ਜਿਹੜਾ ਮੈਨੂੰ ਕਹਿ ਰਿਹਾ ਕਿ ਜੱਜ ਮੇਰੇ ਤੋਂ ਬੜੇ ਪ੍ਰਭਾਵਿਤ ਰਹਿੰਦੇ ਆ। ਕਹਿੰਦਾ ਇਹ ਨਹੀਂ ਦੱਸਿਆ ਕਿਹੜੇ ਰਹਿੰਦੇ ਆ, ਕਹਿੰਦਾ ਜੱਜ ਵੀ ਮੇਰੇ ਤੋਂ ਪ੍ਰਭਾਵਿਤ ਰਹਿੰਦੇ ਆ। ਮਤਲਬ ਕਿ ਉਹਨੇ ਕਹਿੰਦਾ ਮੈਨੂੰ ਵੀ ਡਰਾਉਣ ਦੀ ਜਾਂ ਠੱਗਣ ਦੀ ਕੋਸ਼ਿਸ਼ ਕੀਤੀ। ਇਹ ਮੈਟਰ ਆਫ ਰਿਕਾਰਡ ਹੈ, ਮਤਲਬ ਇੰਨੀ ਸਟ੍ਰਿਕਟ, ਅੱਛਾ ਇੰਨੀ ਸਖ਼ਤ ਟਿੱਪਣੀਆਂ ਤਾਂ ਸ਼ਾਇਦ ਹੀ ਕਿਸੇ ਅਫਸਰ ਦੇ ਖਿਲਾਫ ਆਈਆਂ ਹੋਣ। ਫਿਰ ਸੰਜੇ ਕਿਸ਼ਨ ਕੌਲ ਜੀ ਨੇ ਆਨਰੇਬਲ ਸੁਪਰੀਮ ਕੋਰਟ ਦੇ ਜੱਜ ਸਾਹਿਬ ਚੀਫ ਜਸਟਿਸ ਰਹੇ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਉਹਨਾਂ ਨੇ ਇਹਨਾਂ ਨੂੰ ਇੱਕ ਕੇਸ 'ਚ ਆ ਨਟਵਰ ਲਾਲ ਨੂੰ, ਕੁੰਵਰ ਵਿਜੇ ਪ੍ਰਤਾਪ ਨੂੰ ਇਕੱਲਾ ਇਸ ਗੱਲ ਕਰਕੇ ਮਾਫ਼ ਕੀਤਾ। ਕਹਿੰਦਾ ਤੇਰੀ ਵਰਦੀ ਕਰਕੇ ਮੈਂ ਮਾਫ਼ ਕਰ ਰਿਹਾ ਤੈਨੂੰ, ਨਹੀਂ ਤਾਂ ਜਿਹੜਾ ਕੰਮ ਗੁਨਾਹ ਤੂੰ ਕੀਤਾ ਤੇਰੇ 'ਤੇ ਪਰਚਾ ਦਰਜ ਹੋਣਾ ਚਾਹੀਦਾ ਸੀ ਅਤੇ ਅੱਗੇ ਅੰਦਰ ਜਾਣਾ ਚਾਹੀਦਾ ਸੀ। ਮਗਰ ਕਹਿੰਦਾ ਮੈਂ ਵਰਦੀ ਦੀ ਸ਼ਰਮ ਕਰਦਿਆਂ ਅੱਜ 5,000 ਰੁਪਏ ਤੈਨੂੰ ਜੁਰਮਾਨਾ ਲਾ ਕੇ ਤੈਨੂੰ ਛੱਡ ਰਿਹਾ। ਮਤਲਬ ਐਡਾ ਟੈਂਟਡ ਅਫਸਰ, ਕੋਨਸਟੀਟਿਊਸ਼ਨਲ ਬੋਡੀਜ਼, ਹਾਈ ਕੋਰਟ, ਹਰੇਕ ਨੇ ਜੀਤੇ ਇੰਨੀਆਂ ਟਿੱਪਣੀਆਂ ਪਾਸ ਕੀਤੀਆਂ, ਉਹਨੂੰ ਕੇਜਰੀਵਾਲ ਜੁਆਇਨ ਕਰਾਉਣ ਆਵੇ ਅਤੇ ਦਾਲ 'ਚ ਕੁਛ ਕਾਲਾ ਨਹੀਂ, ਸਾਰੀ ਦਾਲ ਕਾਲੀ। ਪੰਜਾਬ ਦੇ ਇਤਿਹਾਸ 'ਚ, ਔਰ ਮੈਂ ਕਹਿ ਸਕਦਾ ਕਿ ਲੋਕਤੰਤਰ ਵਾਸਤੇ, ਸਮੁੱਚੇ ਦੇਸ਼ ਵਾਸਤੇ ਇਸ ਤੋਂ ਕਾਲਾ ਦਿਨ, ਅਫਸੋਸਜਨਕ ਦਿਨ ਹੋਰ ਕੋਈ ਨਹੀਂ ਹੋ ਸਕਦਾ ਕਿ ਇੱਕ ਅਫਸਰ ਨੂੰ ਜਿਹਦੀ ਜ਼ਿੰਮੇਵਾਰੀ ਉਹਨੇ ਸੰਵਿਧਾਨ ਦੀ ਜਿੱਥੇ ਸਹੁੰ ਖਾਧੀ ਹੈ, ਉਸ ਅਫਸਰ ਨੂੰ ਜ਼ਿੰਮੇਵਾਰੀ ਇਨਸਾਫ ਦੇਣ ਦੀ ਹੋਵੇ ਉਹਦੇ ਉਸ 'ਤੇ, ਮਗਰ ਉਹਦੀ ਕਾਰਵਾਈ ਐਡੀ ਪੱਖਪਾਤੀ, ਇੰਨੀ ਟੈਂਟਡ, ਇੰਨੀ ਗਲਤ ਸੀ ਕਿ ਉਹਨੇ ਸਾਰਾ ਹੀ ਪੁਲਿਸ ਮਹਿਕਮੇ 'ਤੇ, IPS ਲੌਬੀ 'ਤੇ, UPSC ਸਿਸਟਮ 'ਤੇ ਇੱਕ ਕਾਲਾ ਧੱਬਾ, ਇੱਕ ਬਲੌਟ ਦੇ ਤਰੀਕੇ ਨਾਲ ਅੱਜ ਉਹ ਨੌ ਉੱਭਰ ਕੇ ਉਸ ਅਫਸਰ ਦਾ, ਕੁੰਵਰ ਵਿਜੇ ਪ੍ਰਤਾਪ ਦਾ ਅੱਗੇ ਆ ਰਿਹਾ। ਬੇਅਦਬੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤੋਂ ਸੰਵੇਦਨਸ਼ੀਲ ਮੁੱਦਾ, ਸੰਵੇਦਨਸ਼ੀਲ ਜਾਂਚ, ਲੋਕਾਂ 'ਤੇ ਉਸ ਜਾਂਚ ਦਾ ਕਿੰਨਾ ਵੱਡਾ ਉਸ ਦਾ ਦੁੱਖ ਅਤੇ ਅਸਰ, ਐਡੀ ਵੱਡੀ ਇਨਵੈਸਟੀਗੇਸ਼ਨ ਇੱਕ ਅਫਸਰ ਨੂੰ ਦਿੱਤੀ ਹੋਵੇ, ਔਰ ਉਸ ਅਫਸਰ 'ਤੇ ਦੁਨੀਆ ਭਰ ਦੇ ਗੁਰੂ ਨਾਨਕ ਨਾਮ ਲੇਵਾ ਦੀ ਅੱਖਾਂ ਟਿੱਕੀਆਂ ਹੋਣ, ਮਗਰ ਉਸ ਅਫਸਰ ਦਾ ਇਨਵੈਸਟੀਗੇਸ਼ਨ ਕੋਈ ਵਿਸ਼ਾ ਨਹੀਂ ਰਹਿ ਗਿਆ, ਉਹਦੀ ਰਾਜਨੀਤਿਕ ਆਪਣੀ ਪਰਸਨਲ ਪੋਲੀਟੀਕਲ ਐਂਬੀਸ਼ਨ ਉਸ ਜਾਂਚ 'ਚੋਂ ਕਿਵੇਂ ਉਹ ਆਪਦਾ ਫਾਇਦਾ ਕੱਢ ਸਕਦਾ ਸੀ, ਉਸ ਕੰਮ ਤੱਕ ਕੇਵਲ ਅਤੇ ਕੇਵਲ ਸੀਮਿਤ ਰਹਿ ਗਿਆ। ਔਰ ਅੱਜ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ, ਕੇਜਰੀਵਾਲ ਅਤੇ ਸੋਨੀਆ ਗਾਂਧੀ, ਗਾਂਧੀ ਪਰਿਵਾਰ, ਇਹਨਾਂ ਦੀ ਮਿਲੀ ਭੁਗਤ ਦਾ ਇਸ ਤੋਂ ਵੱਡਾ ਫਰਮਾਨ ਤਾਂ ਕੋਈ ਮਿਲ ਹੀ ਨਹੀਂ ਸਕਦਾ ਸੀ, ਸਬੂਤ ਮਿਲ ਹੀ ਨਹੀਂ ਸਕਦਾ ਸੀ। ਬੜੇ ਲੰਮੇ ਸਮੇਂ ਤੋਂ ਆਪਾਂ ਵੇਖ ਰਹੇ ਸਾਂ ਕਿ ਦਿੱਲੀ 'ਚ ਪਹਿਲਾਂ ਕੇਜਰੀਵਾਲ ਸਾਹਿਬ ਨੇ ਸਰਕਾਰ ਬਣਾਈ ਕਾਂਗਰਸ ਦੀ ਮਦਦ ਨਾਲ, ਉਸ ਤੋਂ ਬਾਅਦ ਇਹ ਵੀ ਵੇਖਿਆ ਕਿ ਕਿਵੇਂ ਕੋਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਈਆਂ ਗਈਆਂ ਕਿ ਜਿਹੜਾ ਕੋਈ ਨੁਮਾਇੰਦਾ ਕਿਸੇ ਪਾਰਟੀ ਤੋਂ ਚੁਣਿਆ ਜਾਂਦਾ ਉਸ ਪਾਰਟੀ ਨੂੰ ਜੇ ਉਹ ਛੱਡ ਜਾਏ ਤਾਂ ਉਹਦੀ MLA ਦੀ ਸਦੱਸਿਆਤਾ ਰੱਦ ਹੁੰਦੀ ਹੈ। ਮਗਰ ਪੰਜਾਬ 'ਚ ਇੱਕ ਨਵਾਂ ਹੀ ਖੇਲ ਵੇਖਣ ਨੂੰ ਮਿਲਿਆ ਕਿ ਆਪ ਦੇ MLA ਕਾਂਗਰਸ 'ਚ ਜਾਂਦੇ ਸੀ,
तीन साल वो सरकार का सत्ता का आनंद माणिया, कुछ उत्थे रह गए तो कुछ वापस फिर इत्थे आपकी पेरेंट पार्टी आम आदमी पार्टी च आ गए। और धज्जियां किवें उड़ाइया गई कि स्पीकर जेडे कॉन्स्टिट्यूशन के रखवाले ने है तो वह भी आनंदपुर साहब की धरती तो MLA बने हैं, बने कड़ी पार्टी दे कांग्रेस तो, उन्होंने भी कई MLA मिचों लड्डू खवाए और उन्होंने खुली छुट्टी देती कि जाओ तो आ जाओ। और तीन MLA जिन्होंने इस मुद्दे पर किड्डी पॉलिटिक्स की, राजनीति की, भावें परमात्मा ने उन्होंने लोगों ने फेल करता, वो तीन MLA अपनी पार्टी भी बनाते हैं, इलेक्शन भी लड़ते हैं, जमानत की भी जब्त होती है, मगर ये चार साल का खेल अज आके एंड कित्थे हुंदा कि वेखो मिली भुगत जिहड़ी मैं गल करदा सी। इनवेस्टिगेशन नू कौन चला रहा सी? 10 जनपद जाखड़ कैप्टन अमरिंदर केजरीवाल इन्हां दे मंत्री रंधावा सिद्धू ते होर रल मिल के एक इन्वेस्टिगेशन नू चला रहे सी जिन्हां दी मंशा सच्चाई सामने लियाउणा नहीं सी, केवल ते केवल पॉलिटिक्स सी। और इसे लई अज हौली हौली सच बिल्कुल पर्दा फाश होके थोड़े सामने आके डिगया। मैनू ये नहीं समझ आई जिस बंदे ते ये इल्जाम, विरोधी पार्टी नहीं कली, आ हाई कोर्ट की एड्डी मोटी जजमेंट है, ऑनरेबल हाई कोर्ट दे जज साहब ने 9 अप्रैल नू अपना वर्डिक्ट दिता और 24 अप्रैल नू उन्होंने आपका वर्डिक्ट सुनाया। और शायद पहली बारी होया, मैं सारे पेज तो नहीं कि मैं सारे सफे पढ़ा, मगर मैं एक पेज उहदे चों पढ़ रहा, उन्होंने ये गल लिखी, दिस अप्रोच हैड बीन अडॉप्टेड बाय द स्टेट गवर्नमेंट डिस्पाइट द फैक्ट दैट रिस्पोंडेंट नंबर 3 जिहड़ा कुंवर विजय प्रताप हैड गिवन सच एन इंटरव्यू टू अ TV चैनल विच हैड पोलिटिकल कॉनोटेशंस, मतलब पोलिटिकल मतलब नाल वो TV चैनलों नू इंटरव्यू देंदे सी, विच वॉज नॉट पार्ट ऑफ द जॉब ऑफ द इन्वेस्टिगेशन ऑफिसर by any means. Seeing this conduct of respondent number 3 Kumar Vijay Pratap, one may harbor an idea that respondent number 3 may be indulging in these political theatrics to fulfill his own political purpose of creating a post-retirement greener political pastures for himself so as to enter the political field as several retired officers have done after demitting office. मैं कह सकता है कि विरोधी पार्टी तो छोड़ो, आज ऑनरेबल हाई कोर्ट ने जो 24 अप्रैल नू आ एड्डी वड्डी रिपोर्ट दिती, आज वो भी साबित हो गई सच कि अफसर की मंशा केवल ते केवल पोस्ट रिटायरमेंट अपना, क्योंकि आपां पता है इस अफसर ने DGP तो बनना नहीं सी, इन्हां दी जो सीनियोरिटी लिस्ट है इन्होंने ADGP की कुर्सी ते रुक जाना सी, जाके उन्होंने ला लिया साहब कि हुण मैं इस गल नू समझदे होए, देखो एक हुंदी है रेजिग्नेशन, एक हुंदी है आपकी वॉलंटरी रिटायरमेंट लेनी, इन्होंने तो सारे बेनीफिट लै ले, मतलब वेखद्या होया सारा कुछ समझद्या होया कांग्रेस ते आप पार्टी इकट्ठी होई रल के सारा षड्यंत्र रचिया और षड्यंत्र रचन तो बाद अज सारा रिजल्ट थोड़े सामने आ गया। केजरीवाल साहब सुभाविक है षड्यंत्र दे एक वड्डे प्लेयर सी, डायरेक्टर प्रोड्यूसर सन, जिमें बॉम्बे तो कोई डायरेक्टर आउंदा ना प्रोड्यूसर आपकी फिल्म, उस तरह उस बंदे नू पार्टी च शामिल करन आए जिदे ते अज सारी सवाल उठा रहे हैं।
और अज कला मैं नहीं, अज सुखराज सिंह जेड़ा कृष्ण भगवान जी का लड़का है जिदी बहबल कला च डैथ हुई, उन्हें भी यही गल करती, उन्हें पहला भी की कि सिर्फ तो सिर्फ लोग आपका सियासी फायदा लाहा खट्टन नू फिरदे आ, सच नाल किसे नू कुछ नहीं रह गया। और यही गल जसवीर कौर वाइफ ऑफ लेट सुरजीत सिंह जेडे मुख गवाह ने इस केस से, उन्हां दी धर्म पत्नी ने भी कांग्रेस के वजीरां दे खिलाफ के एम एल ए किक्की ढिल्लों कांगड़ के खिलाफ तो होरां दे खिलाफ सेम इल्जाम लाए सी, पुलिस के खिलाफ लाए सी, अज वो भी इस गल साबित होगी। और वड्डी गल वेखो कि इहदे च जिहड़ी जज साहब ने गल कही सी उस ते सिद्धी मोर लग गई कि पुलिस रिलिजन पुलिस पोलिटिकल नैक्सिस अज सामने वेखन नू आ गया। आ सारी रिपोर्ट च एक बारी नहीं, हाई कोर्ट दे ऑनरेबल जज साहब ने अनेक बारी ये गल करती कि ए कोई पारदर्शनी इन्वेस्टिगेशन नहीं, ए कोई सच्चाई नहीं, ए केवल ते केवल एक आप दे पॉलिटिकल फायदे वास्ते सारी शरारत रची जा रही है। और अज वो सारिया गल्ला कांग्रेस पार्टी ने जिन्हें इनू जिम्मेवारी दिती और अज केजरीवाल ने जिन्हों इनू आके ज्वाइन कराया उते पूरी मोर लाती और सच करता कि इन्हों का मकसद सिर्फ तो सिर्फ पॉलिटिक्स ही और कुछ नहीं सी।